ਅਜੀਤ ਮਾਨ, ਨੱਥੂ ਰਾਮ ਅਤੇ ਕਈ ਹੋਰ ਆਗੂ ਮੌਜੂਦ ਰਹੇ। ਸਾਬਕਾ ਵਿਧਾਇਕ ਤਰਲੋਚਨ ਸੁਨ ਦੇ ਨਾਲ ਵੀ ਸ਼ਾਮਿਲ ਸਨ ਅਤੇ ਕੈਬਨਿਟ ਮੰਤਰੀ ਸਾਮ ਸੁੰਦਰ ਅਰੋੜਾ ਵੀ ਬੈਠਕ 'ਚ ਸ਼ਾਮਿਲ ਸਨ। ਮੁੱਖ ਮੰਤਰੀ ਦੇ ਉਹ ਸਭ ਬਾਤ ਹੋ ਚੁੱਕੀ ਹੈ। ਧਮਾਨ ਜੀ ਆਏ ਥੇ, ਉਹਨਾਂ ਨੇ ਜ਼ਿੰਮੇਵਾਰੀ ਲਈ ਹੈ, ਕੋਈ ਸਮੇਂ ਅਸੀਂ ਨਹੀਂ, ਮੈਂ ਵੀ ਉਹਨਾਂ ਵਿੱਚ ਸ਼ਾਮਿਲ ਹੋ, ਮੈਂ ਵੀ ਬੀਸੀ ਹੂੰ, ਮੈਂ ਵੀ ਉਨਕਾ ਆਦਮੀ ਹੂੰ। ਸੋ ਇਹ ਥੋੜ੍ਹੀ ਬਹੁਤੀ ਬਾਤਾਂ ਤਾਂ ਚਲਤੀ ਹੈ, ਪਰ ਇਹ ਕੋਈ ਐਂਡ ਨਹੀਂ ਹੈ। ਪਾਰਲੀਮੈਂਟ ਕੀ ਟਿਕਟ ਕੇ ਬਾਅਦ ਵੀ ਬਹੁਤ ਕੁਛ ਹੈ ਬਾਕੀ ਸਰਕਾਰ ਕੇ ਪਾਸ, ਸਭ ਕੋ ਐਡਜਸਟ ਕੀਆ ਜਾਏ। ਇੱਕ ਜਿਹੜੇ ਸ਼ਮਸ਼ੇਰ ਸਿੰਘ ਦੁੱਲੋਂ ਹੈ, ਟਕਸਾਲੀ ਕਾਂਗਰਸੀ, ਉਹਨਾਂ ਦੀ ਧਰਮ ਪਤਨੀ ਹੁਣ ਤੋਂ ਕੁਛ ਦੇਰ ਪਹਿਲਾਂ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਰਹੀ ਹੈ। ਬਹੁਤ ਵੱਡੀ ਪਾਰਟੀ ਹੈ, ਸਮੁੰਦਰ ਹੈ, ਬਹੁਤ ਲੋਕ ਅਪਲਾਈ ਕਰਦੇ ਨੇ, ਇੱਕ ਨੂੰ ਟਿਕਟ ਮਿਲਣਾ ਹੁੰਦਾ ਹੈ। ਬਾਕੀ ਚਲੋ ਆਪਣਾ ਪਰਿਵਾਰ ਹੈ, ਪਰਿਵਾਰ 'ਚ ਬੈਠ ਕੇ ਗੱਲ ਕਰਨੀ ਮੈਂ ਕੋਈ ਨਾਰਾਜ਼ਗੀ ਨਹੀਂ ਸਮਝਦਾ। ਸੀਐਮ ਸਾਹਿਬ ਨੇ ਬੁਲਾਇਆ ਤਾਂ ਮਿਲਣ ਆਇਆ, ਕੋਈ ਚੱਕਰ ਨਹੀਂ, ਸਾਰੇ ਖੁਸ਼ ਹੋ ਕੇ ਚਾਹ ਪੀ ਰਹੇ ਆ। ਬਣਾਉਣੇ ਕਿ ਹਮਾਰੀ ਬਾਰੀ ਹੈ, ਇਸ ਲਈ ਇਹ ਸਭ ਪੂਰੀ ਤਿਆਰੀ ਹੈ। ਇਹ ਸਾਰੀ ਤਿਆਰੀ ਰਾਹੁਲ ਗਾਂਧੀ ਕੋ ਪ੍ਰਧਾਨ ਮੰਤਰੀ ਬਣਾਉਣੇ ਕੀ ਤਿਆਰੀ ਮੈਂ ਹੈ। ਔਰ ਯਹਾਂ ਕੁਛ ਆਪਣੋ ਸੇ ਗਿਲਾ ਹੋਤਾ ਹੈ, ਕੁਛ ਆਪਣੋ ਕੋ ਗਿਲਾ ਹੋਤਾ ਹੈ, ਔਰ ਇਹ ਸਭ ਕਯਾਤ ਇਲੈਕਸ਼ਨੋ ਮੈਂ ਚਲਤੀ ਰਹਿਤੀ ਹੈ। ਆਪਣੇ ਹੈ ਸਭ, ਔਰ ਸਭ ਮਿਲ ਕਰਕੇ ਯੇ ਲੜਾਈ ਲੜੇਂਗੇ ਔਰ ਇਸ ਕਿਲੇ ਕੋ ਫਤਿਹ ਕਰੇਂਗੇ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਈ ਲੋਕੋ ਸੇ ਯਹਾਂ ਮੀਟਿੰਗ ਰੱਖੀ ਹੈ, ਕੁਛ ਆਪਣੋ ਸੇ ਮਿਲ ਰਹੇ ਹੈ ਔਰ ਕੁਛ ਬਾਹਰ ਸੇ ਆਕਰ ਸ਼ਾਮਲ ਵੀ ਹੋ ਰਹੇ ਹੈ, ਔਰ ਬਹੁਤ ਸੀ ਲੰਬੀ ਲਾਈਨ ਹੈ ਬਾਹਰ ਸੇ ਲੋਕੋ ਕੋ ਸ਼ਾਮਲ ਹੋਣੇ ਕੇ ਲੀਏ, ਔਰ ਬੜੀ ਜਲਦੀ ਹਮ